ਨਮਸਕਾਰ ਸ਼ੁਰੂ ਕਰਨ ਜਾ ਰਹੇ ਹਾਂ ਨਾਨਕ ਸਿੰਘ ਜੀ ਦੁਆਰਾ ਲਿਖਿਆ ਨਾਵਲ ਸਰਾਪੀਆਂ ਰੂਹਾਂ ਭਾਗ 12। ਇੱਕ ਖੇਖਣ ਹਾਰੀ ਮੈਨੂੰ ਠਿੱਠ ਕਰਨ ਲਈ ਆਧਾਰ ਖਾਈ ਬੈਠੀ ਐ। ਫਲਾਣੀ ਤੋਂ ਮਾਫੀ ਮੰਗ ਟਿੰਕੀ ਅੱਗੇ ਨੱਕ ਰਗੜ ਜਿਵੇਂ ਮੈਂ ਖੂਨ ਕਰਕੇ ਆਈਆਂ ਉਹਨਾਂ ਸਭਨਾਂ ਦੇ ਅਗਲੇ ਪਿਛਲੇ ਆਂਦਾ। ਮਾਫੀ ਨਾ ਹੋਈ ਠੱਠਾ ਹੋ ਗਿਆ। ਮੂਹ ਵਿੱਚ ਬੜਬੜਾਂਦੀ ਹੋਈ ਮਿਸ ਪ੍ਰੀਤਮ ਆਪਣੀ ਕਲਾਸ ਵੱਲ ਤੁਰੀ ਜਾ ਰਹੀ ਸੀ ਕਿ ਅੱਗੋਂ ਬੀਬੀ ਰਾਮਪਿਆਰੀ ਉਸ ਨੂੰ ਮਿਲੀ ਜਿਸ ਪਾਸੋਂ ਮਾਫੀ ਮੰਗਣ ਲਈ ਹੈਡਮਿਸਟ्रेस ਨੇ ਦੂਰੀ ਤੀਰੀ ਤਾਕੀਦ ਕੀਤੀ ਸੀ ਉਸ ਨੂੰ ਤੇ ਰਾਮਪਿਆਰੀ ਉੱਤੇ ਹੀ ਮਿਸ ਪ੍ਰੀਤਮ ਸਭ ਤੋਂ ਬਾਲੀ ਕੁੜੀ ਹੋਈ ਸੀ ਉਸ ਦੇ ਖਿਆਲ ਵਿੱਚ ਇਹੋ ਫਿੱਟਣੀਆਂ ਦੀ ਫੇੜ ਸਾਰੇ ਪਵਾੜਿਆਂ ਦੀ ਜੜ ਸੀ ਜਿਹੜੀ ਇੱਧਰ ਲਾਂਦੀ ਉੱਧਰ ਬੁਝਾਂਦੀ ਫਿਰਦੀ ਸੀ ਮਿਸਪ੍ਰੀਤਮ ਨੇ ਕਦਮ ਹੋਰ ਤੇਜ਼ ਕਰ ਲਏ ਸ਼ਾਇਦ ਇਸ ਡਰੋਂ ਜੋ ਸਵੇਰੇ ਸਵੇਰੇ ਇਸ ਕਲੇਣੀ ਨਾਲ ਆੜਾ ਨਾ ਲੱਗ ਜਾਏ ਪਰ ਉਸ ਨੂੰ ਰੁਕਣਾ ਹੀ ਪਿਆ ਜਦ ਰਾਮ ਪਿਆਰੀ ਇਹ ਪੁੱਛਦੀ ਹੋਈ ਉਹਦਾ ਰਾਹ ਰੋਕ ਖੜੋਤੀ ਕੀ ਗੱਲ ਹੈ ਮਿਸਪ੍ਰੀਤਮ ਕੋਈ ਪਾਠ ਕਰ ਰਹੀ ਹੈ ਬੜੀ ਭਗਤਣੀ ਬਣੀ ਜਾਪਦੀ ਹੈ ਮਨ ਨੂੰ ਤੁਖ ਦੀ ਅੱਗ ਨੂੰ ਮਾਚਸ ਦੀ ਤੀਲੀ ਦਿਖਾ ਦਿੱਤੀ ਇਹ ਗੱਲ ਆ ਕੇ ਰਾਮ ਪਿਆਰੀ ਨੇ ਬਜਾਏ ਇਸ ਦੇ ਕਿ ਜਵਾਬ ਵਿੱਚ ਮਿਸ ਪ੍ਰੀਤਮ ਪਾਠ ਕਰ ਰਹੀ ਜਾਂ ਨਾ ਕਰ ਰਹੀ ਬਾਰੇ ਉੱਤਰ ਦਿੰਦੀ ਉਹ ਉਸੇ ਮਾਫੀ ਵਾਲੇ ਪ੍ਰਸੰਗ ਨੂੰ ਖਿੱਚ ਲਈ ਬੀਬੀ ਮੈਨੂੰ ਨਹੀਂ ਸੀ ਉਮੀਦ ਜੋ ਤੂੰ ਵੀ ਉਹਨਾਂ ਨੱਕ ਵੱਡੀਆਂ ਨਾਲ ਰਲ ਕੇ ਮੇਰੀ ਰਤਨਾਂ ਤੇ ਉਤਾਰੂ ਹੋ ਖਲेंगी ਭਲਾ ਉਹਨਾਂ ਨੂੰ ਜੇ ਹਲਕ ਉੱਠ ਹੀ ਖੜੋਤਾ ਸੀ ਮੇਰੀਆਂ ਚੁਗਲੀਆਂ ਲਾਣ ਦਾ ਤਾਂ ਤੂੰ ਤੇ ਸਿਆਣੀ ਬਿਆਣੀ ਸਹਿ ਪਰ ਜਿੱਥੇ ਤਕੜੇ ਦਾ ਸੱਤੀ ਵੀ ਹੀ ਸੋ ਹੋਵੇ ਉੱਥੇ ਕੋਈ ਕੀ ਕਰੇ ਹਲਾ ਜੇ ਤੈਨੂੰ ਵੀ ਮਾਫੀ ਮੰਗਾਣ ਦਾ ਐਡਾ ਹੀ ਚਾਹ ਪੁੱਧ ਖਲੋਤਾ ਏ ਤਾਂ ਆ ਲੈ ਤੇ ਮਿਸ ਪ੍ਰੀਤਮ ਨੇ ਐਡੇ ਜ਼ੋਰ ਦੀ ਆਪਣੇ ਦੋਵੇਂ ਹੱਥ ਇੱਕ ਦੂਜੇ ਨਾਲ ਜੋੜੇ ਕਿ ਉਹਨਾਂ ਵਿੱਚੋਂ ਹੱਛਾ ਖਾਸਾ ਪਟਾਕਾ ਵੱਜਣ ਦੀ ਆਵਾਜ਼ ਪੈਦਾ ਹੋਈ ਪਰ ਮਿਸ ਪ੍ਰੀਤਮ ਦਾ ਕਿਆਸ ਗਲਤ ਨਿਕਲਿਆ ਕਿ ਉਸ ਦਾ ਇਹ ਮਾਫੀ ਨਾਮਾ ਰਾਮ ਪਿਆਰੀ ਉੱਤੇ ਜਾਦੂ ਦਾ ਅਸਰ ਕਰੇਗਾ ਜਦ ਜਵਾਬ ਵਿੱਚ ਉਹਨੂੰ ਸੁਣਨਾ ਪਿਆ ਕੀ ਹੋ ਗਿਆ ਨਹੀਂ ਸਵੇਰੇ ਸਵੇਰੇ ਤੈਨੂੰ ਉਹ ਸ਼ੇਟਿਕਾਣੇ ਕਿ ਦਿਆਂ ਤੈਨੂੰ ਦੱਖੂ ਦਾਣਾ ਤੇ ਇਸ ਤੋਂ ਪਹਿਲਾਂ ਕਿ ਮਿਸ ਪ੍ਰੀਤਮ ਆਪਣੇ ਤਰਕਸ਼ ਵਿੱਚੋਂ ਪਹਿਲਾਂ ਤੋਂ ਬਾਅਦ ਕੋਈ ਦੂਸਰਾ ਤੀਰ ਛੱਡਦੀ ਰਾਮ ਪਿਆਰੀ ਕਹਿੰਦੀ ਹੋਈ ਅਗਾ ਨਿਕਲ ਗਈ ਰਾਜ ਆਂਦਿਆਂ ਨੂੰ ਵੱਡਣ ਨੂੰ ਪੈਂਦੀ ਹੈ ਪੈੜੀ ਮੂੰਹੀ ਐਡਾ ਫਟੇਵਾ ਵੀ ਕੀ ਆਖ ਗੰਦਗੀ ਦੀ ਛਿੱਟ ਜਹੀ ਭਾਵੇਂ ਮਿਸ ਪ੍ਰੀਤਮ ਨੂੰ ਜਵਾਬ ਵਿੱਚ ਰਾਮ ਪਿਆਰੀ ਵੱਲੋਂ ਖੂਬ ਰੱਜਵਾਂ ਛਾਂਦਾ ਮਿਲਿਆ ਸੀ ਫੇਰ ਵੀ ਉਸਦੇ ਮਨ ਨੂੰ ਕਾਫੀ ਸੰਤੋਖ ਹੋਇਆ ਜਿ ਉਸ ਨੇ ਦਿਲ ਖੋਲ ਕੇ ਜ਼ੁਬਾਨ ਦੀ ਉਲੀ ਲਾ ਲਈ ਹੈ ਉਸਨੇ ਦਿਲ ਨਾਲ ਫੈਸਲਾ ਕਰ ਲਿਆ ਕਿ ਦੂਸਰੀਆਂ ਪਾਸੋਂ ਵੀ ਉਹ ਮਾਫੀ ਤਾਂ ਜ਼ਰੂਰ ਮੰਗੇਗੀ ਪਰ ਇਸੇ ਢੰਗ ਨਾਲ ਸਗੋਂ ਐਤੋਂ ਵੀ ਵੱਧ ਚੜ ਕੇ ਤਾਂ ਹੀ ਉਸ ਦੇ ਅੰਦਰ ਦੀ ਅੱਗ ਕੁਝ ਬੁਝ ਸਕੇਗੀ ਪਹਿਲੀ ਤੋਂ ਬਾਅਦ ਦੂਜੀ ਝੜੱਪ ਹੋਈ ਗੁਰਦੇਈ ਨਾਲ ਜਿਹੜੀ ਕਿਸੇ ਕੰਮ ਲਈ ਜਾਂ ਫਿਰ ਸ਼ਾਇਦ ਛੇੜਛਾੜ ਦਾ ਇਰਾਦਾ ਲੈ ਕੇ ਹੀ ਮਿਸਪ੍ਰੀਤਮ ਦੀ ਕਲਾਸ 'ਚ ਆਈ ਸੀ ਜਿਸ ਨੂੰ ਤੱਕਦਿਆਂ ਹੀ ਮਿਸਪ੍ਰੀਤਮ ਨੂੰ ਪੜਾਉਣਾ ਵੀ ਭੁੱਲ ਗਿਆ ਤੇ ਬਿਨਾਂ ਇਸ ਗੱਲ ਦਾ ਖਿਆਲ ਕੀਤੇ ਆਂ ਜੋ ਕੁੜੀਆਂ ਦੀ ਮੌਜੂਦਗੀ 'ਚ ਇੱਕ ਉਸਤਾਨੀ ਨਾਲ ਕਿਹੋ ਜਿਹਾ ਸ਼ਲੋਕ ਕਰਨਾ ਚਾਹੀਦਾ ਹੈ ਉਹ ਪੰਜੇ ਛਾੜ ਕੇ ਗੁਰਦੇਲੀ ਦੇ ਪਿੱਛੇ ਪੈ ਗਈ। ਹਲਾ ਤੇਰਾ ਵੀ ਨਹੀਂ ਆ ਫਰੇਮਾਂ ਲੱਥ ਦਾ ਮਾਫੀ ਮੰਗਾਈ ਬਾਜੋਂ ਤਾਈਆਂ ਭੱਜੀ ਆਈਆਂ ਪਰ ਮੈਂ ਤਾਂ ਆਪ ਹੀ ਲੱਗੀ ਸਾਂ ਤੇਰੇ ਵੱਲ ਆਉਣ। ਮੈਨੂੰ ਪਤਾ ਏ ਸਾਰੀ ਗੱਲ ਦਾ ਬੀਬੀ ਰਾਣੀ ਇਹ ਜੋ ਤੁਸੀਂ ਕਰਨ ਡੀਆਂ ਹੋਈਆਂ ਨਾ ਮੇਰੇ ਨਾਲ ਪਰ ਜਿੱਥੇ ਕਹਿਣਾ ਜੀ ਉੱਥੇ ਬੋਲ ਕੇ ਲੈਣਾ ਕੀ ਸੋ ਆ ਲੈ ਇਤ ਕੰਦੀ ਪਟਾਕੀ ਨੇ ਪਹਿਲਾਂ ਨਾਲੋਂ ਵੀ ਦੂਜੇ ਨੂੰ ਮਾਤ ਪਾ ਦਿੱਤੀ ਪਰ ਗੁਰਦੇਈ ਸਿਆਣੀ ਨਿਕਲੀ ਬਜਾਏ ਰਾਮ ਪਿਆਰੀ ਵਾਂਗ ਤੁਰਕੀ ਬਤੁਰਕੀ ਜ਼ਬਾਨ ਚਲਾਣ ਦੇ ਉਹ ਚੁੱਪ ਕੀਤੀ ਪਛਾਹ ਮੁੜ ਗਈ ਦੂਜੀ ਤੋਂ ਬਾਅਦ ਤੀਜੀ ਅਤੇ ਤੀਜੀ ਤੋਂ ਬਾਅਦ ਚੌਥੀ ਪਾਸੋਂ ਮਾਫੀ ਮੰਗਣ ਦਾ ਮਿਸਪ੍ਰੀਤਮ ਨੇ ਫਰਜ਼ ਪੂਰਾ ਕੀਤਾ ਪਰ ਰਵਈਆ ਉਹਦਾ ਉਹੀ ਕਾਇਮ ਰਿਹਾ ਮਾਫੀ ਮੰਗਣ ਪੁੱਜ ਪੰਜ ਗੁੱਸੇ ਨਾਲ ਨਜਲਾ ਝਾੜਨ ਵਾਲਾ ਸੀ ਜਿਵੇਂ ਅੱਜ ਉਹ ਇਸ ਗੱਲ ਦਾ ਉਤਾਰੂ ਹੋ ਕੇ ਬੈਠੀ ਹੋਵੇ ਜੋ ਆਪਣੇ ਅੰਦਰ ਉਸਰੇ ਹੋਏ ਸ਼ਿਕਵਿਆਂ ਦਾ ਸਾਰਾ ਸਮੁੱਝਾ ਅੰਬਾਰ ਉਸਤਾਨੀਆਂ ਉੱਤੇ ਉਲੱਧ ਕੇ ਸਭਨਾਂ ਨੂੰ ਉਸੇ ਦੱਬ ਦਏਗੀ ਜਿਉਂ-ਜਿਉਂ ਉਹ ਤਾਨਿਆਂ ਤਨੋੜਿਆਂ ਦੇ ਤੀਰ ਚਲਾਈ ਜਾਂਦੀ ਚੰਗੇ-bure ਦੀ ਤਮੀਜ਼ ਉਸ ਤੋਂ ਦੂਰ ਹੋਈ ਜਾਂਦੀ ਉਹ ਕੀ ਕਰ ਰਹੀ ਹੈ ਤੇ ਇਸ ਦਾ ਨਤੀਜਾ ਕੀ ਹੋਏਗਾ ਇਸ ਦਾ ਅਹਿਸਾਸ ਉਸ ਤੋਂ ਕੋਹਾਂ ਦੂਰ ਸੀ ਫੋਨਾ ਤਾਂ ਇਹ ਚਾਹੀਦਾ ਸੀ ਕਿ ਇੰਨਾ ਜ਼ਹਿਰ ਉਗਲਣ ਤੋਂ ਬਾਅਦ ਮਿਸਤਰੀਤਮ ਦਾ ਮਨ ਕੁਝ ਹੌਲਾ ਹੋ ਜਾਂਦਾ ਉਸ ਦੇ ਤਨ ਮਨ ਵਿੱਚ ਉੱਠ ਰਹੀਆਂ ਲੰਬਾਂ ਕੁਝ ਨੀਵੀਆਂ ਹੋ ਜਾਂਦੀਆਂ ਪਰ ਹੋ ਰਿਹਾ ਸੀ ਉਲਟਾ ਇਹ ਕਿ ਉਸ ਦੀ ਸੂਝ ਸਮਝ ਉਸ ਦੀ ਅਕਲ ਹੋਸ਼ ਸਭ ਕੁਝ ਲਪੇਟਾਂ ਦੀ ਲਪੇਟ ਚ ਆ ਗਈ ਸੀ ਉਹ ਕੀ ਕਰ ਰਹੀ ਹੈ ਉਸ ਨੂੰ ਅੱਜ ਕੀ ਹੋ ਗਿਆ ਚੰਗੀ ਭੱਲੀ ਨੂੰ ਇੱਕ ਵਾਰੀ ਵੀ ਇਸ ਬੰਨੇ ਉਸ ਦਾ ਧਿਆਨ ਨਹੀਂ ਗਿਆ ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਉਸ ਦੀ ਇਸ ਤਲਖ ਕਲਾਮੀ ਦਾ ਰਾਮਪਿਆਰੀ ਤੋਂ ਬਾਅਦ ਹੋਰ ਕਿਸੇ ਨੇ ਵੀ ਬੁਰਾ ਨਹੀਂ ਮਨਾਇਆ ਬੁਰਾ ਮਨਾਣ ਦੇ ਥਾਂ ਸਗੋਂ ਉਹ ਖਚਕਿਲੀਆਂ ਮਾਰ ਗਈ ਤੇ ਹੱਸ-ਹੱਸ ਕੇ ਦੂਰੀਆਂ ਹੁੰਦੀਆਂ ਗਈਆਂ ਇਹ ਉਹਨਾਂ ਦਾ ਰਵਈਆ ਮਿਸਪ੍ਰੀਤਮ ਦੀ ਬੁਖਲਾਹਟ ਵਿੱਚ ਪੈਰੋ ਪੈਰ ਵਾਦਾ ਕਰੀ ਗਿਆ ਇਸ ਦੇ ਬਜਾਏ ਜੇ ਕਦੀ ਉਹ ਸਭੇ ਮਿਸਪ੍ਰੀਤਮ ਨੂੰ ਲਾਹਮ ਤਾਨ ਕਰਦੀਆਂ ਗੁੱਸੇ ਦਾ ਪ੍ਰਗਟਾਉ ਕਰਦੀਆਂ ਤਾਂ ਸੰਭਵ ਸੀ ਕਿ ਉਸ ਦੇ ਕਰੋਧ ਦਾ ਪਾਰਾ ਓਕੜ ਦੀ ਟੀਸੀ ਦੇ ਨਾ ਹੀ ਪਹੁੰਚਦਾ ਛੁੱਟੀ ਹੁੰਦਿਆਂ ਤੱਕ ਉਸਨੇ ਕੇਵਲ ਇੱਕ ਨੂੰ ਛੱਡ ਕੇ ਬਾਕੀ ਸਭ ਨਾਲ ਪਾਸੋਂ ਮਾਫੀ ਮੰਗਣ ਦੀ ਰਸਮ ਅਦਾ ਕਰ ਲਈ ਸੀ ਬੀਬੀ ਸ਼ੁਸ਼ਮਾ ਦੇਵੀ ਤੋਂ ਬਿਨਾ ਜਿਹੜੀ ਉਸ ਨੂੰ ਕਿਤੇ ਨਜ਼ਰ ਨਹੀਂ ਸਿਆ ਰਹੀ ਛੁੱਟੀ ਤੋਂ ਬਾਅਦ ਜਦੋਂ ਕਾਪੀ ਕੱਛੇ ਮਾਰੀ ਸਕੂਲ ਦੇ ਹਾਤੇ ਚੋਂ ਨਿਕਲ ਰਹੀ ਸੀ ਤਾਂ ਪਿੱਛੋਂ ਕਿਸੇ ਨੇ ਉਸ ਨੂੰ ਆਵਾਜ਼ ਦਿੱਤੀ ਮਿਸ ਪ੍ਰੀਤਮ ਉਹ ਨਾ ਹੀ ਕਦਮਾਂ ਤੇ ਉੱਥੇ ਰੁਕ ਗਈ ਕਦਾਚਿਤ ਕਿਸੇ ਨਵੇਂ ਕਾਣ ਦੀ ਸੰਭਾਵਨਾ ਨਾਲ ਪਰਤ ਕੇ ਤੱਕੀ ਤਾਂ ਉਹ ਸ਼ੁਸ਼ਮਾ ਦੇਵੀ ਸੀ ਉਹਦੇ ਮਗਰ ਤੁਰੀ ਆ ਰਹੀ ਸੀ ਕੀ ਗੱਲ ਹੈ ਮਿਸ ਪ੍ਰੀਤਮ ਕੋਲ ਪਹੁੰਚ ਕੇ ਸ਼ੁਸ਼ਮਾ ਦੇਵੀ ਨੇ ਜ਼ਰਾ ਕੋਮਲ ਜਿਹੇ ਲੱਜੇ ਚੁਣੂ ਕਿਹਾ ਬੜੀ ਭਰੀ-ਪੀਤੀ ਲੱਗਦੀ ਹੈ ਸੁਖਤਾ ਹੈ ਪਠੰਬਰ ਕੇ ਉਹਨਾਂ ਹੀ ਕਦਮਾਂ ਤੇ ਰੁਕ ਗਈ ਮਿਸ ਪ੍ਰੀਤਮ ਇਸ ਅਸ਼ੰਕਾ ਨਾਲ ਕਿ ਭਾਵੇਂ ਹੈੱਡ ਮਿਸਟਰੈਸ ਵੱਲੋਂ ਉਸ ਨੂੰ ਬੁਲਾਵਾ ਆਇਆ ਹੈ ਇਸ ਦੀ ਸੰਭਾਵਨਾ ਉਸ ਨੂੰ ਅੱਜ ਸਾਰਾ ਦਿਨ ਬਣੀ ਰਹੀ ਸੀ ਜਿਹੜਾ ਸਲੂਕ ਅੱਜ ਉਸਨੇ ਮਾਫੀ ਨਾਮੇ ਦੀ ਆੜ ਚ ਸਾਰਿਆਂ ਨਾਲ ਕੀਤਾ ਇਸ ਦਾ ਨਤੀਜਾ ਹੋ ਸਕਦਾ ਹੈ ਉਹ ਇਸ ਨਤੀਜੇ ਤੋਂ ਅਣਜਾਣ ਸੀ ਇਸ ਕਰਕੇ ਮਿਸ ਪ੍ਰੀਤਮ ਦੇ ਮੂਡ 'ਚ ਕਾਫੀ ਤਬਦੀਲੀ ਆ ਚੁੱਕੀ ਸੀ ਉਸ ਨੂੰ ਆਪਣੇ ਅੱਜ ਦੇ ਵਰਤਾਅ ਉੱਤੇ ਗਿਲਾਨੀ ਹੋਣ ਲੱਗ ਪਈ ਸੀ ਤੇ ਉਹ ਥੋੜੇ ਠਰਮੇ ਨਾਲ ਬੋਲੀ ਨਹੀਂ ਬੀਬੀ ਭਰੀ ਪੀਤੀ ਤਾਂ ਨਹੀਂ ਆ ਮੈਂ ਐਵੇਂ ਜ਼ਰਾ ਤਬੀਅਤ ਕੁਝ ਮੌਸਮ ਵੀ ਤਾਂ ਬੜਾ ਖਰਾਬ ਹੈ ਅੱਜਕੱਲ ਸ਼ੁਸ਼ਮਾ ਦੇਵੀ ਨੇ ਉਹਦੇ ਨਾਲ ਤੁਰਦੇ ਹੋਏ ਕਿਹਾ ਇਹੋ ਜਿਹੇ ਮੌਸਮ 'ਚ ਸਿਹਤ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਕੁਝ ਇਸ ਇਲਾਕੇ ਦਾ ਪਾਣੀ ਵੀ ਵਹੀ ਹੈ ਇਸ ਲਈ ਚਾਹੀਦਾ ਹੈ ਕਿ ਉੱਧਰ ਸੁਸ਼ਮਾ ਦੇਵੀ ਨੇ ਸਿਹਤ ਬਾਰੇ ਲੈਕਚਰ ਸ਼ੁਰੂ ਕਰ ਦਿੱਤਾ ਇਧਰ ਮਿਸ ਪ੍ਰੀਤਮ ਵੀ ਖਿਜਵਦਨੀ ਸ਼ੁਰੂ ਹੋਈ ਮੋਮੋ ਠਗਣੀਆਂ ਨਿਖਸਮੀ ਸਿੱਧਾ ਨਹੀਂ ਕਹਿੰਦੀ ਮਰਦੀ ਜੋ ਕੁਝ ਕਹਿਣ ਆਈ ਹੈ ਮੇਰੇ ਮਗਰ ਲੂਰ ਲੂਰ ਕਰਦੀ ਚੱਲੀ ਹੋਈ ਹੈ ਤੇ ਉਸ ਦਾ ਕਿਆਸ ਠੀਕ ਹੀ ਨਿਕਲਿਆ ਜਦ ਸੁਸ਼ਮਾ ਦੇਵੀ ਮੋੜ ਕਿੜ ਕੇ ਉਸ ਦੇ ਮਜਮੂਨ ਵੱਲ ਆ ਗਈ ਸੱਚ ਤੈਨੂੰ ਤੇਰੇ ਭਲੇ ਦੀ ਇੱਕ ਗੱਲ ਕਹਿਣੀ ਚਾਹੁੰਨੀ ਆ ਮਿਸ ਪ੍ਰੀਤਮ ਜੇ ਬੁਰਾ ਨਾ ਮੰਨੇ ਬੁਰਾ ਕਿਉ ਮੰਨਾਂਗੀ ਮਿਸ ਪ੍ਰੀਤਮ ਨੇ ਖਿਜੀ ਨੂੰ ਲੁਕਾਉਣ ਦਾ ਯਤਨ ਕਰਦਿਆਂ ਕਿਹਾ ਦੱਸੋ ਤੇਰੀ ਕਲਾਸ ਬਾਰੇ ਇਹ ਆਮ ਸ਼ਿਕਾਇਤ ਹੈ ਕਿ ਕੁੜੀਆਂ ਪੜ੍ਹਾਈ 'ਚ ਕਾਫੀ ਪਛੜੀਆਂ ਹੋਈਆਂ ਨੇ ਤੇ ਤੈਨੂੰ ਪਤਾ ਹੈ ਇਮਤਿਹਾਨ ਸਿਰ ਤੇ ਆ ਰਹੇ ਨੇ ਕੀ ਖਿਆਲ ਹੈ ਤੇਰਾ ਇਸ ਤੋਂ ਪਹਿਲਾਂ ਕਿ ਜਵਾਬ ਵਿੱਚ ਮਿਸ ਪ੍ਰੀਤਮ ਕੁਝ ਕਹਿੰਦੀ ਸ਼ਾਇਦ ਸ਼ੁਸ਼ਮਾ ਦੇਵੀ ਨੂੰ ਕੁਝ ਹੋਰ ਚੇਤੇ ਆ ਗਿਆ ਆ ਨਾਲੇ ਪਤਾ ਲੱਗਾ ਹੈ ਕਿ ਕੁੜੀਆਂ ਤੇਰੇ ਤੋਂ ਖੁਸ਼ ਨਹੀਂ ਉਹਨਾਂ ਨੂੰ ਇਸ ਗੱਲ ਦੀ ਆਮ ਸ਼ਿਕਾਇਤ ਹੈ ਕਿ ਤੂੰ ਉਹਨਾਂ ਨੂੰ ਛਿੜਕਦੀ ਛੰਮ ਦੀ ਜ਼ਿਆਦਾ ਹੈ ਤੇ ਪੜਾਉਣ ਦੀ ਘਟ ਹੈ ਇੱਕ ਤਾਂ ਪਹਿਲਾਂ ਤੋਂ ਹੀ ਮਿਸ ਪ੍ਰੀਤਮ ਸੜੀ ਤਪੀ ਹੋਈ ਸੀ ਉਤੋਂ ਇਹ ਇੱਕ ਹੋਰ ਲੰਬ ਆ ਲੱਗੀ ਉਹਦੇ ਦਿਲ ਨੂੰ ਉਹ ਬਰਾਬਰ ਕੋਖ ਰਹੀ ਸੀ ਕਿ ਆਖਰ ਇਸ ਦਾ ਮਤਲਬ ਕੀ ਹੈ ਜੇ ਉਹ ਆਪਣੇ ਕੰਮ 'ਚ ਸੁਸਤ ਹੈ ਕੁੜੀਆਂ ਉਸ ਉੱਤੇ ਅਸੰਤੁਸ਼ਟ ਨੇ ਤਾਂ ਇਸ ਬਾਰੇ ਕੁਝ ਪੁੱਛ ਪੜੋਚਲ ਕਰਨ ਦਾ ਹੱਕ ਸਿਰਫ ਹੈਡਮਿਸਟ्रेस ਨੂੰ ਹੀ ਹੈ ਹਾਰੀ ਸਾਰੀ ਜਹੀ ਅਧਿਆਪਕਾ ਤੇਰੀ ਸੁਸ਼ਮਾ ਦੇ ਵੀ ਫਰਕ ਪੈਣਾ ਤਾਂ ਇੰਨਾ ਹੀ ਹੈ ਕਿ ਉਹ ਛੋਟੀ ਕਲਾਸ ਲੈਂਦੀ ਹੈ ਤੇ ਉਹ ਵੱਡੀ ਫਿਰ ਉਹ ਕੌਣ ਹੁੰਦੀ ਹੈ ਉਸਦੇ ਕੰਮਾਂ ਤੇ ਟੀਕਾ ਕਰਨ ਵਾਲੀ ਇਸ ਵੇਲੇ ਤੱਕ ਇਹ ਦੋਵੇਂ ਸਕੂਲ ਦੇ ਪਿਛਵਾੜੇ ਪਿੱਪਲ ਹੇਠ ਪਹੁੰਚ ਚੁੱਕੀਆਂ ਸਨ ਮਿਸ ਪ੍ਰੀਤਾ ਮੈਦਕਾ ਆਪਣੇ ਗੁੱਸੇ ਨੂੰ ਰੋਕ ਨਹੀਂ ਸਕੀ ਤੇ ਉੱਤਰ ਚ ਬੋਲੀ ਮੈਂ ਤਾਂ ਆਪਣੇ ਵੱਲੋਂ ਦਿਲੋਂ ਮਨੋਂ ਮਿਹਨਤ ਕਰਦੀਆਂ ਫੇਰ ਵੀ ਜੇ ਤੁਸਾਂ ਲੋਕਾਂ ਨੂੰ ਮੇਰਾ ਕੰਮ ਪਸੰਦ ਨਹੀਂ ਤਾਂ ਕਿਸੇ ਹੋਰ ਨੂੰ ਲਾ ਲਓ ਮੇਰਾ ਰੱਬ ਮਰ ਤਾਂ ਨਹੀਂ ਗਿਆ ਇੱਕ ਦਰ ਬੱਦਾ ਸੌ ਦਰ ਖੁੱਲੇ ਗੁੱਸੇ ਜਨਾ ਭੈਣ ਵੱਡੀਆਂ ਵਡੇਰੀਆਂ ਵਰਗੇ ਲਹਿਜੇ ਚ ਸ਼ੁਸ਼ਮਾ ਦੇਵੀ ਬੋਲੀ ਮੈਂ ਤਾਂ ਤੇਰੇ ਹੀ ਭਲੇ ਦੀ ਗੱਲ ਆਖੀ ਐ ਨਹੀਂ ਤਾਂ ਮੈਨੂੰ ਕੀ ਜਿਹੜੀ ਤੂੰ ਨਾਲੇ ਇੱਕ ਦਰ ਵੱੱਡਾ ਸੋਦਰ ਖੁੱਲ੍ਹੇ ਵਾਲੀ ਗੱਲ ਆਖੀ ਐ ਨਾ ਗੁੱਸਾ ਨਾ ਕਰੀ ਇਹ ਤਾਂ ਤੇਰਾ ਭਲੇਖਾ ਐ ਮੈਂ ਤਾਂ ਤੈਨੂੰ ਬੜੀ ਖੁਸ਼ਕਿਸਮਤ ਸਮਝਦੀ ਆ ਜੋ ਐਡੀਆਂ ਟ੍ਰੇਂਡ ਉਮੀਦਵਾਰਾਂ ਨੂੰ ਛੱਡ ਕੇ ਵੱਡੇ ਭੈਣ ਜੀ ਦਾ ਗੁਣਾ ਤੇਰੇ ਉੱਤੇ ਪਿਆ ਪਰ ਜੇ ਤੂੰ ਖਿਆਲ ਕਰਦੀ ਐ ਕਿ ਇੱਥੋਂ ਨੌਕਰੀ ਛੱਡ ਦੇਈ ਤੈਨੂੰ ਕਿਸੇ ਹੋਰ ਸਕੂਲ 'ਚ ਲੱਗ ਜਾਏਗੀ ਤਾਂ ਇਹ ਗੱਲ ਸੁੱਕਣੀ ਪਾ ਛੱਡ ਪਤਾਸਿਆਂ ਦਾ ਮੀਂ ਬੀਬੀ ਰਾਣੀ ਰੋਜ਼-ਰੋਜ਼ ਨਹੀਂ ਵਰਦਾ ਹੁੰਦਾ ਦੋਵੇਂ ਪੀਪਲ ਦੀ ਛਾਵੇਂ ਬੈਠ ਗਈਆਂ ਸੁਸ਼ਮਾ ਦੇਵੀ ਦੀਆਂ ਇਹ ਉੱਪਰੋਂ ਮਿੱਠੀਆਂ ਪਰ ਵਿੱਚੋਂ ਜ਼ਹਿਰੀਲੀਆਂ ਗੱਲਾਂ ਮਿਸ ਪ੍ਰੀਤਮ ਨੂੰ ਜ਼ਰਾ ਨਹੀਂ ਸੁਖਾਈਆਂ ਉਹ ਆਪਣੇ ਆਪ ਉਤੋਂ ਉਸ ਦਾ ਰਹਿਂਦਾ ਖੁੰਦਾ ਕਾਬੂ ਵੀ ਜਾਣਦਾ ਰਿਹਾ ਤੁਹਾਡੀ ਗੱਲ ਸੱਚੀ ਸਹੀ ਪਰ ਤੁਸੀਂ ਕਹਿਣਾ ਕੀ ਚਾਹੁੰਦੇ ਜੇ ਸਾਫ਼-ਸਾਫ਼ ਦੱਸੋ ਮੈਨੂੰ ਸਾਫ਼-ਸਾਫ਼ ਦੱਸਾਂ ਸੁਸ਼ਮਾ ਦੇਵੀ ਨੇ ਸੱਚੋ-ਸਹੀ ਸਾਫ਼-ਸਾਫ਼ ਦੱਸਣ ਦੇ ਉੱਤਰ ਆਈ ਕੱਲ ਜੋ ਕੁਝ ਤੂੰ ਕੀਤਾ ਹੈ ਨਾ ਤੈਨੂੰ ਉਹਦਾ ਨਤੀਜਾ ਭੁਗਤਣਾ ਪਿਆ ਯਾਨੀ ਕਿ ਤੂੰ ਮਾਫੀ ਮੰਗ ਲਈ ਪਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਬੁਰੇ ਲਫ਼ਜ਼ ਤੂੰ ਮੇਰੀ ਸ਼ਾਨ 'ਤੇ ਵਰਤੇ ਸਨ ਗੱਲ ਦੀ ਸਮਝ ਆ ਗਈ ਮਿਸ ਪ੍ਰੀਤਮ ਨੂੰ ਕਿਉਂ ਇਹ ਬੀਬੀ ਰਾਣੀ ਉਹਦੇ ਮਗਰ ਭੱਜੀ ਆਈ ਹੈ ਕਿਉਂਕਿ ਉਸਨੇ ਇਸ ਪਾਸੋਂ ਮਾਫੀ ਮੰਗਣੀ ਹਲੇ ਤੱਕ ਨਹੀਂ ਕੀਤੀ گویا ਉਹਦਾ ਮਾਫੀ ਮੰਗਣ ਜਾਂ ਨਾ ਮੰਗਣ ਨਾਲ ਸੁਸ਼ਮਾ ਦੇਵੀ ਦਾ ਬਹੁਤ ਭਾਰੀ ਨਿਰਾਦਰ ਸੀ ਮਿਸ ਪ੍ਰੀਤਮ ਅੰਦਰ ਅੰਦਰ ਚੁੱਲਸੁੱਠੀ ਸੁਸ਼ਮਾ ਦੇਵੀ ਦੇ ਇਸ ਹੋਛੇਪਣ ਤੋਂ ਇਸ ਤਪਸ਼ ਨੇ ਇੱਕ ਵਾਰੀ ਮੁੜ ਕੇ ਉਹਨੂੰ ਕੁਰਾਹੇ ਪਾ ਦਿੱਤਾ ਬਜਾਏ ਮਾਫੀ ਮੰਗ ਲੈਣ ਦੇ ਉਹ ਟੁੱਟ ਕੇ ਸੁਸ਼ਮਾ ਦੇਵੀ ਦੇ ਘਰ ਪੈ ਗਈ ਅੱਛਾ ਵਰਤੇ ਤਾਂ ਵਰਤੇ ਸਹੀ ਤੁਸੀਂ ਮੈਨੂੰ ਫਾਹਲਵਾ ਲੈਣਾ ਕਹਿੰਦੀ ਹੋਈ ਉਹ ਉੱਠ ਕੇ ਤੁਰ ਪਈ ਮਗਰ ਉਹਨੂੰ ਸੁਣਾਈ ਦਿੱਤਾ ਕਿੰਨਾ ਟੰਗਹਾਰੇ ਰੰਨ ਦਾ ਇਸ ਪਾਟ ਚੇਨਈ ਮਿਲਦੇ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ